ਪੁਰਾਣੇ ਸਮਿਆਂ ਦੀ ਗੱਲ ਆ, ਕਿਸੇ ਪ੍ਰਦੇਸ਼ ਦੇ ਵਿੱਚ ਇੱਕ ਪੰਡਤਾਂ ਦੀ ਨਗਰੀ ਬਸੀ ਹੋਈ ਸੀ। ਉਹਨਾਂ 'ਤੇ ਰੱਬ ਦੀ ਬੜੀ ਮਿਹਰਬਾਨੀ ਸੀ। ਉਹਨਾਂ ਦੇ ਕੋਲ ਅਨਾਜ ਦੀ, ਦੁੱਧ ਪਾਣੀ, ਘੇ ਦੀ ਕੋਈ ਕਮੀ ਨਹੀਂ ਸੀ। ਉਹਨਾਂ ਦੇ ਪਸ਼ੂ ਵੀ ਤਾਜ਼ੇ, ਮੋਟੇ ਅਤੇ ਬਹੁਤ ਜ਼ਿਆਦਾ ਦੁੱਧ ਦੇਣ ਵਾਲੇ ਸੀ। ਉਹ ਨਗਰ ਵੱਸਦਾ ਸੀ ਇੱਕ ਅੱਲਾ ਦੇ ਵਲੀ, ਅੱਲਾ ਦੇ ਫਕੀਰ, ਜਿਨ੍ਹਾਂ ਨੂੰ ਸਫ਼ਰ ਕਰਨਾ ਬਹੁਤ ਜ਼ਿਆਦਾ ਪਸੰਦ ਸੀ। ਉਹ ਸਫ਼ਰ ਕਰਦੇ, ਪਿੰਡਾਂ ਦੇ ਵਿੱਚ ਘੁੰਮਦੇ ਅਤੇ ਅੱਲਾ ਦੇ ਦੀਨ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ, ਪਾਪਾਂ ਤੋਂ, ਗਲਤ ਕੰਮਾਂ ਤੋਂ ਲੋਕਾਂ ਨੂੰ ਸਿੱਧੇ ਰਸਤੇ 'ਤੇ ਪਾਉਂਦੇ। ਇੱਕ ਵਾਰ ਉਹ ਫਕੀਰ ਘੁੰਮਦੇ ਘੁੰਮਦੇ ਉਸੇ ਪੰਡਤਾਂ ਦੀ ਨਗਰੀ ਵਿੱਚ ਜਾ ਨਿਕਲੇ। ਉਹਨਾਂ ਨੇ ਦੇਖਿਆ ਕਿ ਇਹ ਸਾਰਾ ਨਗਰ ਜਿੰਨਾ ਵੀ ਆ ਕਾਫਿਰ ਆ, ਉਹ ਇੱਕ ਰੱਬ ਨੂੰ ਮੰਨਣ ਵਾਲੇ ਨਹੀਂ ਆ, ਉਹ ਕਿਸੇ ਸ਼ੈਤਾਨੀ ਦੇਵਤਾ ਦੀ ਪੂਜਾ ਕਰਨ ਵਾਲੇ ਸੀ। ਫਕੀਰਾਂ ਨੇ ਸੋਚਿਆ ਕਿ ਇਹਨਾਂ ਨੂੰ ਵੀ ਉਸ ਸੱਚੇ ਪਰਮਾਤਮਾ ਦੇ ਨਾਲ ਜੋੜਿਆ ਜਾਵੇ, ਰੱਬ ਦੇ ਨਾਲ ਜੋੜਿਆ ਜਾਵੇ। ਫਕੀਰਾਂ ਨੇ ਉੱਥੇ ਆਪਣਾ ਡੇਰਾ ਪਾਉਣ ਬਾਰੇ ਸੋਚਿਆ ਅਤੇ ਨਗਰ ਦੇ ਬਿਲਕੁਲ ਲਾਗੇ ਇੱਕ ਦਰਖਤ ਦੇ ਥੱਲੇ ਬੈਠ ਕੇ ਆਪਣੇ ਪਰਮਾਤਮਾ ਅੱਲਾ ਪਾਕ ਨੂੰ ਯਾਦ ਕਰਨ ਲੱਗ ਪਏ। ਇਸੇ ਤਰ੍ਹਾਂ ਰਾਤ ਗੁਜ਼ਰ ਗਈ, ਸਾਰੇ ਲੋਕ ਸੁੱਤੇ ਪਏ ਆ, ਪਰ ਫਕੀਰ ਆਪਣੇ ਰੱਬ ਨੂੰ ਮਨਾਉਣ ਵਿੱਚ ਲੱਗੇ ਹੋਏ ਆ। ਸਵੇਰ ਦਾ ਵਕਤ ਹੋ ਗਿਆ, ਤੜਕ, ਅੰਮ੍ਰਿਤ ਵੇਲਾ, ਫਕੀਰ ਰੱਬ ਦੀ ਇਬਾਦਤ ਕਰ ਰਹੇ ਆ। ਉਸੇ ਵੇਲੇ ਉਸ ਨਗਰ ਦਾ ਇੱਕ ਸ਼ਖਸ ਦੁੱਧ ਲੈ ਕੇ ਫਕੀਰਾਂ ਦੇ ਕੋਲੋਂ ਲੰਘਿਆ। ਉਸ ਸ਼ਖਸ ਦੀ ਫਕੀਰਾਂ 'ਤੇ ਨਜ਼ਰ ਪਈ ਤਾਂ ਉਹ ਉਹਨਾਂ ਫਕੀਰਾਂ ਦੇ ਕੋਲ ਆ ਗਿਆ। ਪਹਿਲਾਂ ਉਸਨੇ ਉਹਨਾਂ ਫਕੀਰਾਂ ਨੂੰ ਬੜੇ ਗੌਰ ਦੇ ਨਾਲ ਦੇਖਿਆ ਅਤੇ ਪੁੱਛਣ ਲੱਗਾ ਕਿ ਤੁਸੀਂ ਫਕੀਰ ਹੋ, ਮੈਨੂੰ ਲੱਗਦਾ ਤੁਸੀਂ ਮੁਸਲਮਾਨ ਹੋ। ਤਾਂ ਫਕੀਰ ਕਹਿਣ ਲੱਗੇ, ਰੱਬ ਦੇ ਰਹਿਮੋ ਕਰਮ ਦੇ ਨਾਲ ਅਲਹਮਦੁਲਿਲਾ, ਮੈਂ ਇੱਕ ਮੁਸਲਮਾਨ ਹਾਂ। ਇਹ ਸੁਣ ਕੇ ਉਹ ਸ਼ਖਸ ਕਹਿਣ ਲੱਗਾ, ਤੁਸੀਂ ਇੱਥੋਂ ਹੁਣੇ ਹੀ ਚਲੇ ਜਾਵੋ, ਇਹ ਲੋਕਾਂ ਨੂੰ ਜੇ ਪਤਾ ਲੱਗਿਆ ਕਿ ਤੁਸੀਂ ਮੁਸਲਮਾਨ ਹੋ ਤਾਂ ਇਹ ਤੁਹਾਨੂੰ ਨਹੀਂ ਛੱਡਣਗੇ, ਕਿਉਂਕਿ ਇਹ ਕਿਸੇ ਓਪਰੇ ਸ਼ਖਸ ਨੂੰ ਆਪਣੇ ਨਗਰ ਵਿੱਚ ਨਹੀਂ ਚੱਲਦੇ। ਤੁਹਾਡੀ ਭਲਾਈ ਇਸੇ ਵਿੱਚ ਆ ਕਿ ਤੁਸੀਂ ਇਸ ਨਗਰ ਨੂੰ ਛੱਡ ਕੇ ਹੁਣੇ ਚਲੇ ਜਾਵੋ। ਇਹ ਸੁਣ ਕੇ ਫਕੀਰ ਕਹਿਣ ਲੱਗੇ, ਮੈਂ ਰੱਬੇ ਦੋ ਜਲਾਲ ਤੋਂ ਸਿਵਾ ਕਿਸੇ ਤੋਂ ਨਹੀਂ ਡਰਦਾ। ਜੇਕਰ ਮੇਰੀ ਮੌਤ ਰੱਬ ਨੇ ਤੁਹਾਡੇ ਹੱਥੋਂ ਲਿਖੀ ਆ ਤਾਂ ਮੈਨੂੰ ਕੋਈ ਬਚਾ ਨਹੀਂ ਸਕਦਾ। ਜੇਕਰ ਮੇਰੇ ਰੱਬ ਨੇ ਮੇਰੀ ਮੌਤ ਕਿਸੇ ਹੋਰ ਵਕਤ ਹੋਰ ਹੱਥੋਂ ਲਿਖੀ ਆ ਤਾਂ ਮੈਨੂੰ ਕੋਈ ਮਾਰ ਨਹੀਂ ਸਕਦਾ। ਫਕੀਰਾਂ ਦੀ ਗੱਲ ਸੁਣ ਕੇ ਉਹ ਸ਼ਖਸ ਕਹਿਣ ਲੱਗਾ, ਇਹ ਨਗਰ ਸਾਡਾ, ਇਹ ਜ਼ਮੀਨ ਸਾਡੀ ਆ ਜਿਸ 'ਤੇ ਤੁਸੀਂ ਬੈਠੇ ਹੋ, ਤੁਸੀਂ ਇੱਥੋਂ ਚਲੇ ਜਾਓ। ਇੰਨੇ ਚੈਨੂ ਉਸ ਨਗਰ ਦੇ ਹੋਰ ਵੀ ਕਈ ਲੋਕ ਉੱਧਰ ਨਿਕਲ ਆਏ, ਸਾਰੇ ਲੋਕ ਉੱਤੇ ਇਕੱਠੇ ਹੋ ਗਏ। ਫਕੀਰ ਕਹਿਣ ਲੱਗੇ, ਇਹ ਜ਼ਮੀਨ ਜਿਹਦਾ ਤੁਸੀਂ ਮਾਣ ਕਰਦੇ ਆ, ਇਹ ਨਾ ਤਾਂ ਜ਼ਮੀਨ ਤੁਹਾਡੀ ਆ, ਨਾ ਹੀ ਇਹ ਜ਼ਮੀਨ ਮੇਰੀ ਆ, ਇਹ ਤਾਂ ਉਸ ਪਰਵਰਦਿਗਾਰ ਦੀ ਜ਼ਮੀਨ ਆ, ਉਹਦਾ ਹੀ ਇਹਦੇ 'ਤੇ ਹੱਕ ਆ। ਮੈਂ ਇੱਥੇ ਥੋੜ੍ਹੀ ਦੇਰ ਵਾਸਤੇ ਹੀ ਰੁਕਾਂਗਾ, ਮੈਂ ਤੁਹਾਨੂੰ ਪਰੇਸ਼ਾਨ ਕਰਨ ਨਹੀਂ ਆਇਆ। ਫਕੀਰਾਂ ਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਹੋਰ ਗੁੱਸਾ ਚੜ ਗਿਆ। ਉਹ ਫਕੀਰਾਂ ਬਾਲੂ ਬੜੇ ਗੁੱਸੇ ਦੇ ਨਾਲ ਦੇਖ ਰਹੇ ਆ, ਪਰ ਫਕੀਰਾਂ ਨੇ ਕੋਈ ਗੁੱਸਾ ਨਹੀਂ ਕੀਤਾ, ਸਗੋਂ ਹੌਲੀ ਹੌਲੀ ਮੁਸਕਰਾ ਰਹੇ ਆ। ਲੋਕਾਂ ਨੇ ਫਕੀਰਾਂ ਨੂੰ ਬੜਾ ਸਮਝਾਇਆ ਕਿ ਇੱਥੋਂ ਚਲਾ ਜਾਵੇ, ਪਰ ਫਕੀਰ ਨਾ ਗਏ।
ਫਕੀਰ ਕਹਿਣ ਲੱਗੇ, ਜਦੋਂ ਮੇਰੇ ਰੱਬ ਦਾ ਹੁਕਮ ਹੋਵੇਗਾ ਮੈਂ ਉਦੋਂ ਹੀ ਇੱਥੋਂ ਚਲਾ ਜਾਵਾਂਗਾ, ਕਿਉਂਕਿ ਮੈਂ ਆਪਣੇ ਪਰਮਾਤਮਾ ਆਪਣੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਇਨਸਾਨ ਹਾਂ। ਉਹ ਲੋਕ ਬਹੁਤ ਜ਼ਿਆਦਾ ਗੁੱਸਾ ਕਰ ਰਹੇ ਸੀ, ਪਰ ਇਹ ਉਸ ਰੱਬ ਦੀ ਹੀ ਕਰਾਮਾਤ ਸੀ ਕਿ ਇੰਨੇ ਗੁੱਸੇ ਦੇ ਬਾਵਜੂਦ ਵੀ ਕੋਈ ਫਕੀਰਾਂ ਨੂੰ ਹੱਥ ਤੱਕ ਨਹੀਂ ਸੀ ਲਾ ਪਾ ਰਿਹਾ। ਪਿੰਡ ਦੇ ਲੋਕਾਂ ਨੇ ਫਕੀਰਾਂ ਨੂੰ ਬੜਾ ਸਮਝਾਇਆ, ਫਕੀਰ ਨਾ ਮੰਨੇ। ਅਖੀਰ ਪਿੰਡ ਦੇ ਲੋਕ ਫਕੀਰਾਂ ਨੂੰ ਧਮਕੀ ਦੇ ਕੇ ਚਲੇ ਗਏ ਕਿ ਕੱਲ੍ਹ ਸਵੇਰ ਤੱਕ ਉਹ ਇਸ ਪਿੰਡ ਤੋਂ ਚਲੇ ਜਾਣ, ਨਹੀਂ ਤਾਂ ਉਹਨਾਂ ਦਾ ਹਸ਼ਰ ਬਹੁਤ ਬੁਰਾ ਹੋਵੇਗਾ। ਫਕੀਰ ਉਹਨਾਂ ਦੀ ਧਮਕੀ ਤੋਂ ਡਰੇ ਨਹੀਂ ਅਤੇ ਆਪਣੀ ਇਬਾਦਤ ਵਿੱਚ ਦੁਬਾਰਾ ਲੱਗ ਗਏ। ਹੌਲੀ ਹੌਲੀ ਦਿਨ ਬੀਤੇ। ਇੱਕ ਦਿਨ ਉਸ ਪਿੰਡ ਦੇ ਵਿੱਚ ਅਜਿਹੀ ਹਵਾ ਚੱਲੀ ਕਿ ਪਿੰਡ ਦੇ ਬੱਚਿਆਂ ਦੀਆਂ ਲਾਸ਼ਾਂ ਘਰੋਂ ਨਿਕਲਣ ਲੱਗ ਪਈਆਂ। ਲੋਕਾਂ ਨੇ ਫਕੀਰਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਫਕੀਰਾਂ ਨੂੰ ਵੀ ਹੌਲੀ ਹੌਲੀ ਪਤਾ ਲੱਗ ਗਿਆ ਕਿ ਇਸ ਪਿੰਡ ਵਿੱਚ ਕੋਈ ਬਲਾ ਬੜੀ ਆ ਜਿਹੜੀ ਬੱਚਿਆਂ 'ਤੇ ਵਾਰ ਕਰ ਰਹੀ ਆ। ਉਹ ਪਿੰਡ ਜਿੱਥੇ ਫਕੀਰ ਰੁਕੇ ਹੋਏ ਸੀ, ਉਸ ਪਿੰਡ ਦੇ ਵਿੱਚ ਕਣਕ ਬੜੀ ਹੁੰਦੀ ਸੀ, ਬੜੀ ਭਾਰੀ ਮਾਤਰਾ ਦੇ ਵਿੱਚ ਕਣਕ ਦੀ ਫਸਲ ਉੱਗਦੀ ਸੀ। ਐਸੀ ਹਵਾ ਚੱਲੀ ਕਿ ਉਸ ਪਿੰਡ ਦੀ ਸਾਰੀ ਕਣਕ ਸਾਰਾ ਅਨਾਜ ਬਰਬਾਦ ਹੋ ਗਿਆ, ਪਾਣੀ ਤੱਕ ਵੀ ਬਰਬਾਦ ਹੋ ਗਿਆ। ਬੱਚੇ ਹੌਲੀ ਹੌਲੀ ਮਰਨ ਲੱਗ ਪਏ, ਹੌਲੀ ਹੌਲੀ ਉਹਦਾ ਅਸਰ ਜਾਨਵਰਾਂ 'ਤੇ ਵੀ ਦਿਖਣ ਲੱਗ ਪਿਆ, ਲੋਕਾਂ ਦੇ ਹੌਲੀ ਹੌਲੀ ਜਾਨਵਰ ਵੀ ਮਰਨ ਲੱਗ ਪਏ। ਘੁੰਮਦੀ ਘੁੰਮਦੀ ਇਹ ਖਬਰ ਫਕੀਰਾਂ ਤੱਕ ਵੀ ਪਹੁੰਚ ਗਈ। ਜਿੱਦਾਂ ਹੀ ਫਕੀਰਾਂ ਨੂੰ ਪਤਾ ਲੱਗਿਆ ਕਿ ਇਸ ਪਿੰਡ ਦੇ ਬੱਚੇ ਅਤੇ ਮਵੇਸ਼ੀ ਮਰ ਰਹੇ ਆ, ਉਹਨਾਂ ਨੇ ਅੱਲਾ ਪਾਕ ਦਾ ਨਾਮ ਲਿਆ ਅਤੇ ਉਹ ਪਿੰਡ ਵਾਲਿਆਂ ਦੇ ਕੋਲ ਗਏ। ਪਿੰਡ ਵਾਲਿਆਂ ਦੇ ਹਾਲਾਤ ਬੜੇ ਭੈੜੇ ਸੀ, ਸਾਰੇ ਆਪਣੇ ਦੇਵਤਾ ਨੂੰ ਮਨਾਉਣ ਵਿੱਚ ਲੱਗੇ ਹੋਏ ਸੀ। ਫਕੀਰਾਂ ਨੂੰ ਇਹ ਦੇਖ ਕੇ ਬੜਾ ਦੁੱਖ ਲੱਗਿਆ। ਫਕੀਰ ਉਹਨਾਂ ਨੂੰ ਕਹਿਣ ਲੱਗੇ, ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਬਚ ਜਾਣ, ਤੁਹਾਡੀਆਂ ਫਸਲਾਂ ਤੁਹਾਡੇ ਖੇਤ ਦੁਬਾਰਾ ਹਰੇ ਭਰੇ ਹੋ ਜਾਣ, ਤੁਹਾਡੇ ਦੁੱਧ ਵਾਲੇ ਪਸ਼ੂ ਵੀ ਨਾ ਮਰਨ, ਤਾਂ ਮੈਂ ਜੋ ਕਹਿੰਦਾ ਉਹ ਕੰਮ ਕਰ ਲਓ। ਮੈਂ ਤੁਹਾਨੂੰ ਲਿਖ ਕੇ ਦੇ ਸਕਦਾ, ਗਰੰਟੀ ਦਿੰਦਾ ਕਿ ਤੁਹਾਡੇ ਪਿੰਡ ਵਿੱਚ ਪਹਿਲਾਂ ਵਾਂਗੂ ਸੁੱਖ ਸ਼ਾਂਤੀ ਹੋ ਜਾਵੇਗੀ। ਇਹ ਸੁਣ ਕੇ ਲੋਕ ਹੋਰ ਜ਼ਿਆਦਾ ਭੜਕ ਗਏ ਅਤੇ ਕਹਿਣ ਲੱਗੇ ਕਿ ਤੂੰ ਕੌਣ, ਮੈਂ ਖਾਮ ਖਾ, ਸਾਡੇ ਹਾਲਾਤ ਆ, ਸਾਡਾ ਦੇਵਤਾ ਆਪੇ ਠੀਕ ਕਰੂਗਾ। ਲੋਕ ਫਕੀਰਾਂ ਦੇ ਨਾਲ ਬਹਿਸ ਕਰਨ ਲੱਗ ਪਏ। ਫਕੀਰਾਂ ਨੇ ਵੀ ਉਹਨਾਂ ਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਨਾ ਮੰਨੇ। ਫਿਰ ਲੋਕਾਂ ਨੇ ਪੁੱਛਿਆ ਕਿ ਦੱਸ ਉਹ ਕੰਮ ਕਿਹੜਾ ਜਿਹੜਾ ਤੁਸੀਂ ਕਹਿ ਰਹੇ ਆ, ਕਿਉਂਕਿ ਲੋਕਾਂ ਨੇ ਇਸ ਕਰਕੇ ਪੁੱਛਿਆ ਕਿਉਂਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਸੀ, ਜਿਹੜੇ ਮਰ ਰਹੇ ਸੀ ਭੁੱਖ ਦੇ ਨਾਲ, ਜਿਹੜੇ ਸੁੱਕ ਕੇ ਪਿੰਜਰ ਬਣ ਰਹੇ ਸੀ। ਫਕੀਰਾਂ ਨੇ ਕਿਹਾ, ਕਰਨਾ ਕੁਝ ਨਹੀਂ ਆ, ਬਸ ਸੱਚੇ ਦਿਲੋਂ ਇਮਾਨ ਲੈ ਕੇ ਆਉਣਾ, ਇੱਕ ਰੱਬ 'ਤੇ ਯਕੀਨ ਰੱਖ ਕੇ ਉਹਦੀ ਇਬਾਦਤ ਵਿੱਚ ਸਜਦਾ ਕਰਨਾ ਆ। ਇਹ ਕਹਿ ਕੇ ਲੋਕ ਹੋਰ ਭੜਕ ਗਏ। ਉਹਨਾਂ ਦੇ ਵਿੱਚੋਂ ਇੱਕ ਬੁੱਢਾ ਇਨਸਾਨ ਸਾਹਮਣੇ ਆਇਆ ਅਤੇ ਕਹਿਣ ਲੱਗਾ, ਪਿੰਡ ਵਾਲਿਆਂ ਨੂੰ ਰੁਕੋ, ਮੈਨੂੰ ਇਸ ਫਕੀਰ ਦੇ ਨਾਲ ਗੱਲ ਕਰ ਲੈਣ ਦਿਓ। ਮੇਰੀ ਉਮਰ 80 ਸਾਲ ਦੀ ਆ, ਮੈਂ ਆਪਣੇ ਪਿੰਡ ਵਿੱਚ ਜੋ ਜੋ ਕਰਾਮਾਤਾਂ ਦੇਖੀਆਂ, ਜੋ ਜੋ ਨੇਮਤਾਂ ਦੇਖੀਆਂ, ਸਾਡੇ ਲਾਗੇ ਲਾਗੇ ਦੇ ਨਗਰਾਂ ਪਿੰਡਾਂ ਵਿੱਚ ਉਹ ਕਦੇ ਨਹੀਂ ਹੋਈਆਂ। ਸਾਡੇ ਅਤੇ ਸਾਡੇ ਦੇਵਤਾ ਦੀ ਬੜੀ ਰਹਿਮਤ ਸੀ, ਕੋਈ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਨਹੀਂ ਸੀ। ਪਰ ਪਤਾ ਨਹੀਂ ਹੁਣ ਕਿਹੜੀ ਬਲਾ ਸਾਡੇ ਪਿੰਡ ਵਿੱਚ ਵੜ ਗਈ,
ਜੋ ਸਾਡਾ ਦੇਵਤਾ ਸਾਡੇ ਨਾਲ ਰੁੱਸ ਗਿਆ, ਸਾਡੇ ਬੱਚਿਆਂ ਦੀਆਂ ਮੌਤਾਂ ਹੋਣ ਲੱਗ ਪਈਆਂ, ਸਾਡੀਆਂ ਫਸਲਾਂ ਉੱਜੜ ਗਈਆਂ, ਸਾਡੇ ਮਵੇਸ਼ੀ ਮਰ ਗਏ, ਅਸੀਂ ਪਹਿਲਾਂ ਹੀ ਦੁਖੀ ਹਾਂ ਅਤੇ ਤੂੰ ਸਾਨੂੰ ਹੋਰ ਪਾਸੇ ਲਾ ਕੇ ਸਾਡਾ ਹੋਰ ਦਿਮਾਗ ਖਰਾਬ ਕਰ ਰਿਹਾ। ਫਕੀਰਾਂ ਦੇ ਵਾਰ ਵਾਰ ਸਮਝਾਉਣ 'ਤੇ ਵੀ ਉਹ ਲੋਕ ਨਾ ਮੰਨੇ। ਫਿਰ ਉਹ ਬੁੱਢਾ ਇਨਸਾਨ ਆਪਣੇ ਪਿੰਡ ਦੇ ਲੋਕਾਂ ਨੂੰ ਲੈ ਕੇ ਆਪਣੇ ਦੇਵਤਾ ਦੇ ਮੰਦਰ ਵਿੱਚ ਗਿਆ, ਜਾ ਕੇ ਘੈਂਟੀਆਂ ਖੜਕਾਈਆਂ, ਰੋ ਰੋ ਕੇ ਆਪਣੇ ਦੇਵਤਾ ਨੂੰ ਕਹਿਣ ਲੱਗੇ, ਆਓ ਸਾਡੀ ਮਦਦ ਕਰੋ, ਸਾਡੀ ਮਦਦ ਕਰੋ, ਸਾਡੇ ਬੱਚੇ ਮਵੇਸ਼ੀ ਭੁੱਖ ਦੇ ਨਾਲ ਪਿਆਸ ਦੇ ਨਾਲ ਮਰ ਰਹੇ ਆ, ਸਾਡੇ ਕੋਲ ਖਾਣ ਨੂੰ ਅਨਾਜ ਪੀਣ ਨੂੰ ਪਾਣੀ ਤੱਕ ਨਹੀਂ। ਪਰ ਉਹ ਦੇਵਤਾ ਉਹਨਾਂ ਦੀ ਨਹੀਂ ਸੀ ਸੁਣ ਰਿਹਾ, ਸਗੋਂ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਬੱਚੇ ਮਰ ਰਹੇ ਆ। ਫਕੀਰਾਂ ਤੋਂ ਹੁਣ ਝੱਲ ਨਹੀਂ ਹੋਇਆ, ਫਕੀਰ ਅੱਗੇ ਵਧੇ ਅਤੇ ਕਹਿਣ ਲੱਗੇ, ਐ ਲੋਗੋ ਇੱਕ ਵਾਰ ਮੇਰਾ ਕਹਿਣਾ ਮੰਨ ਲਓ, ਉਹ ਰੱਬ ਬੜਾ ਮਿਹਰਬਾਨ ਆ, ਬਖਸ਼ਣ ਹਾਰ ਆ, ਉਹ ਸਭ ਦੀਆਂ ਭੁੱਲਾਂ ਬਖਸ਼ ਦਿੰਦਾ, ਇੱਕ ਵਾਰ ਉਹਨੂੰ ਇੱਕ ਰੱਬ 'ਤੇ ਯਕੀਨ ਰੱਖ ਕੇ ਉਹਦੀ ਬਾਰਗਾਹ ਵਿੱਚ ਸਜਦਾ ਕਰਕੇ ਉਹਦੇ ਤੋਂ ਮੰਗੋ, ਉਹ ਆਪਣੇ ਬੰਦਿਆਂ ਨੂੰ ਕਦੇ ਮਾਯੂਸ ਨਹੀਂ ਕਰਦਾ, ਉਹ ਤੁਹਾਡੀ ਝੋਲੀ ਜ਼ਰੂਰ ਭਰੂਗਾ, ਇੱਕ ਵਾਰ ਉਹਦੇ ਤੋਂ ਮੰਗ ਕੇ ਤਾਂ ਦੇਖੋ। ਇਸ ਵਾਰ ਫਕੀਰਾਂ ਦੀ ਆਵਾਜ਼ ਵਿੱਚ ਜਲਾਲ ਸੀ, ਫਕੀਰ ਜਲਾਲ ਦੇ ਵਿੱਚ ਬੋਲ ਰਹੇ ਸੀ ਤਾਂ ਲੋਕਾਂ ਦੇ ਦਿਲ ਤਾਂ ਕੰਬ ਰਹੇ ਸੀ, ਪਰ ਉਹਨਾਂ ਦਾ ਦਿਮਾਗ ਨਹੀਂ ਸੀ ਮੰਨ ਰਿਹਾ। ਫਿਰ ਉਹੀ ਬੁੱਢਾ ਇਨਸਾਨ 80 ਸਾਲ ਦਾ ਕਹਿਣ ਲੱਗਾ, ਐ ਫਕੀਰ ਅਸੀਂ ਤੇਰੀ ਗੱਲ ਮੰਨ ਲਵਾਂਗੇ, ਪਰ ਸਾਨੂੰ ਕੁਝ ਅਜਿਹਾ ਕਰਕੇ ਦਿਖਾ ਜਿਹਨੂੰ ਦੇਖ ਕੇ ਅਸੀਂ ਆਪਣੇ ਆਪ ਤੇਰੇ ਰੱਬ 'ਤੇ ਤੇਰੇ ਖੁਦਾ 'ਤੇ ਇਮਾਨ ਲੈ ਆਈਏ। ਇਹ ਸੁਣ ਕੇ ਫਕੀਰਾਂ ਨੇ ਕਿਹਾ, ਠੀਕ ਆ। ਫਕੀਰਾਂ ਨੇ ਇੱਧਰ ਉੱਧਰ ਨਿਗਾਹ ਮਾਰੀ ਤਾਂ ਸਾਹਮਣੇ ਥੋੜ੍ਹਾ ਜਿਹਾ ਗੇਹੂੰ ਕਣਕ ਦੇ ਦਾਣੇ ਪਏ ਸੀ, ਬਾਕੀ ਤਾਂ ਸਾਰੀ ਫਸਲ ਖਰਾਬ ਹੋ ਚੁੱਕੀ ਸੀ। ਜਿਹੜੇ ਦੇਵਤਾ ਦੇ ਮੂਹਰੇ ਕਣਕ ਚਾੜੀ ਉਹ ਸੀ, ਉਹ ਥੋੜ੍ਹੇ ਜਿਹੇ ਦਾਣੇ ਪਏ ਸੀ। ਫਕੀਰਾਂ ਨੇ ਕਿਹਾ, ਰੁਕੋ, ਜਦੋਂ ਤੱਕ ਮੈਂ ਨਹੀਂ ਕਹਿੰਦਾ ਉਦੋਂ ਤੱਕ ਇਸ ਕਣਕ ਦੇ ਦਾਣਿਆਂ ਦਾ ਆਟਾ ਨਾ ਬਣਾਇਓ। ਫਿਰ ਫਕੀਰਾਂ ਨੇ ਨੀਅਤ ਬੰਨ੍ਹੀ, ਦੋ ਨਫਰ ਰਕਾਤ ਨਮਾਜ਼ ਪੜ੍ਹੀ, ਰੋ ਰੋ ਕੇ ਗਿੜਗਿੜਾ ਕੇ ਆਪਣੇ ਰੱਬ ਦੀ ਬਾਰਗਾਹ ਦੇ ਵਿੱਚ ਦੁਆਵਾਂ ਕਰਨ ਲੱਗ ਪਏ। ਫਕੀਰ ਰੱਬ ਦੇ ਅਲੱਗ ਅਲੱਗ ਨਾਵਾਂ ਤੋਂ ਪੁਕਾਰ ਰਹੇ ਸੀ, ਉਹਦੇ ਵਲੀਆਂ ਦਾ ਉਹਦੇ ਨਬੀਆਂ ਦਾ ਵਾਸਤਾ ਦੇ ਰਹੇ ਸੀ। ਕਾਫੀ ਦੇਰ ਫਕੀਰ ਰੱਬ ਦੀ ਬਾਰਗਾਹ ਵਿੱਚ ਦੁਆ ਕਰਦੇ ਰਹੇ। ਬਾਕੀ ਲੋਕ ਇਹ ਦੇਖ ਕੇ ਬੜੇ ਹੈਰਾਨ ਹੋ ਰਹੇ ਆ ਕਿ ਇਹ ਫਕੀਰ ਕਿਹਦੇ ਅੱਗੇ ਦੁਆਵਾਂ ਕਰ ਰਿਹਾ, ਸਾਨੂੰ ਕੋਈ ਨਜ਼ਰ ਤਾਂ ਨਹੀਂ ਆ ਰਿਹਾ, ਅਜਿਹਾ ਕੌਣ ਆ, ਕਿਹੜਾ ਰੱਬ ਆ ਜਿਹੜਾ ਇਹਨੂੰ ਦਿਖ ਰਿਹਾ ਸਾਨੂੰ ਨਹੀਂ ਦਿਖ ਰਿਹਾ। ਕਾਫੀ ਦੇਰ ਫਕੀਰ ਰੋ ਰੋ ਕੇ ਰੱਬ ਤੋਂ ਭੀਖ ਮੰਗਦੇ ਰਹੇ, ਦੁਆਵਾਂ ਕਰਦੇ ਰਹੇ। ਫਕੀਰਾਂ ਦਾ ਚਿਹਰਾ ਵੀ ਆਸੂਆਂ ਦੇ ਨਾਲ ਤਰ ਹੋ ਚੁੱਕਿਆ ਸੀ। ਕਾਫੀ ਦੇਰ ਦੁਆਵਾਂ ਕਰਨ ਤੋਂ ਬਾਅਦ ਫਕੀਰਾਂ ਨੇ ਕਿਹਾ, ਮੇਰੇ ਭਰਾਵੋ ਹੁਣ ਉਸ ਕਣਕ ਦੇ ਦਾਣਿਆਂ ਨੂੰ ਪੀਸ ਕੇ ਆਟਾ ਬਣਾਓ। ਫੌਰਨ ਉਸ ਕਣਕ ਦੇ ਦਾਣਿਆਂ ਨੂੰ ਪੀਸ ਕੇ ਆਟਾ ਬਣਾਇਆ ਗਿਆ ਅਤੇ ਉਹਦੀਆਂ ਦੋ ਰੋਟੀਆਂ ਤਿਆਰ ਕੀਤੀਆਂ ਗਈਆਂ। ਉਹ ਆਟਾ ਸਿਰਫ ਦੋ ਰੋਟੀਆਂ ਜੋਗਾ ਸੀ, ਪਰ ਅੱਲਾ ਦੀ ਐਸੀ ਕੁਦਰਤ ਹੋਈ, ਅੱਲਾ ਦੀ ਐਸੀ ਕਰਾਮਾਤ ਹੋਈ ਰੱਬੇ ਦੋ ਜਲਾਲ ਦੀ, ਰੱਬੇ ਕਰੀਮ ਦੀ, ਕਿ ਉਹ ਜਿਸ ਆਟੇ ਨਾਲ ਸਿਰਫ ਦੋ ਰੋਟੀਆਂ ਬਣ ਸਕਦੀਆਂ ਸੀ ਉਸ ਆਟੇ ਤੋਂ ਅਣਗਿਣਤ ਰੋਟੀਆਂ ਬਣਦੀਆਂ ਗਈਆਂ, ਅਣਗਿਣਤ ਰੋਟੀਆਂ ਬਣਦੀਆਂ ਗਈਆਂ, ਰੋਟੀਆਂ ਦੇ ਢੇਰ ਲੱਗ ਗਏ ਸਿਰਫ ਦੋ ਰੋਟੀਆਂ ਜੋਗੇ ਆਟੇ ਤੋਂ।
ਤੇ ਉਹ ਆਟਾ ਪੂਰੇ ਦਾ ਪੂਰਾ ਅਜੇ ਵੀ ਬਾਕੀ ਸੀ। ਇਹ ਕਰਾਮਾਤ ਦੇਖ ਕੇ ਉੱਥੇ ਦੇ ਲੋਕ ਹੈਰਾਨ ਪਰੇਸ਼ਾਨ ਹੋ ਗਏ। ਇਹ ਕਰਾਮਾਤ ਦੇਖ ਕੇ ਉਹਨਾਂ ਦੀਆਂ ਅੱਖਾਂ ਅੱਡੀਆਂ ਦੀ ਅੱਡੀਆਂ ਰਹਿ ਗਈਆਂ। ਫਕੀਰਾਂ ਨੇ ਫਿਰ ਕਿਹਾ ਕਿ ਇਹਨਾਂ ਰੋਟੀਆਂ ਦੇ ਵਿੱਚੋਂ ਇੱਕ ਰੋਟੀ ਦਾ ਇੱਕ ਇੱਕ ਟੁਕੜਾ ਜਿੰਨੇ ਤੁਹਾਡੇ ਬੱਚੇ ਮਰੇ ਹੋਏ ਆ ਉਹਨਾਂ ਦੇ ਮੂੰਹ ਵਿੱਚ ਪਾਓ, ਜਿੰਨੇ ਤੁਹਾਡੇ ਜਾਨਵਰ ਮਰ ਗਏ ਆ ਉਹਨਾਂ ਦੇ ਮੂੰਹ ਵਿੱਚ ਵੀ ਪਾਓ। ਜਿੱਦਾਂ ਹੀ ਪਿੰਡ ਵਾਲਿਆਂ ਨੇ ਇੱਕ ਇੱਕ ਟੁਕੜਾ ਰੋਟੀ ਦਾ ਉਹਨਾਂ ਸਾਰਿਆਂ ਦੇ ਮਰਿਆ ਹੋਇਆਂ ਦੇ ਮੂੰਹ ਵਿੱਚ ਪਾਇਆ। ਅੱਲਾ ਪਾਕ ਦੀ ਐਸੀ ਕੁਦਰਤ, ਐਸਾ ਕ੍ਰਿਸ਼ਮਾ ਹੋਇਆ ਕਿ ਸਾਰੇ ਅੱਲਾਹੁ ਅਕਬਰ ਦੇ ਨਾਰੇ ਲਾਉਂਦੇ ਹੋਏ ਉੱਠ ਖੜ੍ਹੇ ਹੋਏ। ਆਪਣੇ ਬੱਚਿਆਂ ਨੂੰ ਦੁਬਾਰਾ ਜੀਂਦੇ ਅਤੇ ਪਸ਼ੂਆਂ ਨੂੰ ਜੀਂਦੇ ਦੇਖ ਕੇ ਲੋਕ ਬੜੇ ਖੁਸ਼ ਹੋਏ ਅਤੇ ਉਹਨਾਂ ਨੂੰ ਪੁੱਛਣ ਲੱਗੇ, ਤੁਸੀਂ ਇਹ ਕਿਹੜੀ ਜ਼ੁਬਾਨ ਬੋਲ ਰਹੇ ਹਾਂ? ਤਾਂ ਉਹ ਬੱਚੇ ਕਹਿਣ ਲੱਗੇ, ਸਾਨੂੰ ਜੀ ਨੇ ਮਾਰ ਕੇ ਦੁਬਾਰਾ ਜ਼ਿੰਦਾ ਕਰ ਦਿੱਤਾ, ਅਸੀਂ ਉਹਦੀ ਸਦਾ ਬੁਲੰਦ ਕਰ ਰਹੇ ਹਾਂ। ਅਸੀਂ ਅਰਬੀ ਭਾਸ਼ਾ ਦੇ ਵਿੱਚ ਇਹ ਕਹਿ ਰਹੇ ਹਾਂ ਕਿ ਉਹ ਰੱਬ ਪਰਵਰਦਿਗਾਰ ਸਭ ਤੋਂ ਬੜਾ ਆ। ਐ ਸਾਡੇ ਬਜ਼ੁਰਗੋ, ਤੁਸੀਂ ਇੱਕ ਰੱਬ ਦੇ ਵੱਲੋਂ ਮੁੜ ਆਵੋ। ਮਾਸ਼ਾ ਅੱਲਾ, ਸੁਬਹਾਨ ਅੱਲਾ, ਉਹ ਰੱਬ ਵਾਹਿਗੁਰੂ ਪਰਮਾਤਮਾ ਭਗਵਾਨ ਈਸ਼ਵਰ ਪਰਮੇਸ਼ਵਰ ਜਿਹਨੂੰ ਅਸੀਂ ਕਈ ਨਾਵਾਂ ਦੇ ਨਾਲ ਪੁਕਾਰਦੇ ਹਾਂ, ਵੱਖ ਵੱਖ ਤਰੀਕਿਆਂ ਦੇ ਨਾਲ ਮੰਨਦੇ ਹਾਂ, ਪਰ ਉਹ ਜਾਤ ਇੱਕ ਹੈ। ਉਹ ਸਭ ਦਾ ਪਾਲਣਹਾਰ ਆ, ਸਭ ਨੂੰ ਦੇਣ ਵਾਲਾ ਆ, ਜ਼ਿੰਦਗੀ ਮੌਤ ਸਾਹ ਸਭ ਕੁਛ ਲੈਣੇ ਦੇਣੇ ਵਾਲਾ ਉਹੀ ਆ। ਉਹਦੇ ਤੋਂ ਸਿਵਾ ਕੋਈ ਮਾਬੂਦ ਨਹੀਂ, ਉਹਦੇ ਤੋਂ ਸਿਵਾ ਕੋਈ ਸਜਦੇ ਕੇ ਲਾਇਕ ਨਹੀਂ ਆ। ਸੋ ਰੱਬ ਬੜਾ ਮਿਹਰਬਾਨ ਆ, ਉਹਦੇ ਤੋਂ ਮੰਗੋ, ਉਹ ਕਦੇ ਆਪਣੇ ਬੰਦਿਆਂ ਨੂੰ ਮਾਯੂਸ ਨਹੀਂ ਕਰਦਾ।